Hey guys, subscribe and press the bell icon to never miss a video from Gabru. ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੈਸਮਿਨ ਸੈਂਡਲਸ ਬਾਰੇ। ਇਹ ਤਾਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਉਹਨਾਂ ਦਾ ਰੀਸੈਂਟ ਸੌਂਗ ਆਇਆ ਸੀ ਸਿਪ ਸਿਪ, ਅਤੇ ਉਸ ਵਿੱਚ ਉਹਨਾਂ ਨੇ ਪਾਇਆ ਸੀ ਬਲੈਕ ਸੂਟ, ਜੋ ਕਿ ਉਹਨਾਂ 'ਤੇ ਕਾਫੀ ਜ਼ਿਆਦਾ ਫੱਬ ਵੀ ਰਿਹਾ ਸੀ। ਅਤੇ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹ ਬਲੈਕ ਸੂਟ ਇੰਨਾ ਪਸੰਦ ਆਇਆ ਕਿ ਉਸ ਤੋਂ ਬਾਅਦ ਹੀ ਉਹਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਉਹ ਆਪਣਾ ਗਾਣਾ ਕਰਨਗੇ ਅਗਲਾ ਬਲੈਕ ਚੁੰਨੀ, ਜਿਸ ਦੀ ਉਡੀਕ ਅਸੀਂ ਸਾਰੇ ਹੀ ਬੜੇ ਚਿਰ ਤੋਂ ਕਰ ਰਹੇ ਸੀ, ਕਿਉਂਕਿ ਇਸ ਦੀ ਅਨਾਊਂਸਮੈਂਟ ਉਹਨਾਂ ਨੇ ਸਾਡੇ ਨਾਲ ਕਾਫੀ ਚਿਰ ਪਹਿਲਾਂ ਦੀ ਕੀਤੀ ਹੋਈ ਸੀ, ਪਰ ਹੁਣ ਸਾਨੂੰ ਇਹ ਉਡੀਕ ਖਤਮ ਹੁੰਦੀ ਨਜ਼ਰ ਆ ਰਹੀ ਹੈ। ਜੀ ਹਾਂ, ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਗਾਣੇ ਦੇ 2 ਨਵੇਂ ਪੋਸਟਰ ਸਾਡੇ ਨਾਲ ਸ਼ੇਅਰ ਕਰ ਦਿੱਤੇ ਨੇ। ਆਓ ਤੁਸੀਂ ਚੈੱਕ ਕਰੋ ਉਹਨਾਂ ਦੇ ਇਹ ਪੋਸਟਰਸ। ਉਹਨਾਂ ਦੇ ਇੱਕ ਪੋਸਟਰ ਉੱਪਰ ਲਿਖਿਆ ਹੈ, ਝੂਠੀ ਜੀ ਕਰਦਾ ਜੋ ਪ੍ਰੇਜ਼ ਨਾ ਮੈਂ ਮੰਗਦੀ, ਅੱਖ ਹੀ ਸ਼ੁਦਾਈ ਮੇਰੀ ਫੈਰ ਮੁੰਡਿਆ ਡੰਗਦੀ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਅਗਲੇ ਪੋਸਟਰ ਵਿੱਚ ਲਿਖਿਆ ਹੈ, ਸੂਟ ਪਟਿਆਲਾ ਸ਼ਾਹੀ ਕਰਵੇ ਇਹ ਬੋਡੀ ਤਾਂ ਹੀ, ਜੁੱਤੀ ਲੱਗੇ ਘੁੰਗਰੂ ਵੇ ਤੁਰਦੀ ਹਿਰਨੀ ਜਾਣੀ। ਇਸ ਗਾਣੇ ਦੀਆਂ ਬਾਕੀ ਡਿਟੇਲਸ ਹਜੇ ਜੈਸਮਿਨ ਸੈਂਡਲਸ ਨੇ ਸਾਡੇ ਨਾਲ ਸ਼ੇਅਰ ਨਹੀਂ ਕੀਤੀਆਂ, ਪਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਗਾਣਾ ਜਲਦ ਹੀ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਹੁਣ ਜੇ ਗੱਲ ਕਰੀਏ ਜੈਸਮਿਨ ਸੈਂਡਲਸ ਦੀ, ਤੇ ਉਹ ਸਾਨੂੰ ਕਈ ਵਾਰੀ ਆਪਣੇ ਲਾਈਵ ਸ਼ੋਜ਼ ਦੇ ਵਿੱਚ ਨਜ਼ਰ ਆਏ ਨੇ, ਤੇ ਉਹਨਾਂ ਦੇ ਫੈਨਸ ਉਹਨਾਂ ਦੇ ਸ਼ੋਜ਼ ਵਿੱਚ ਉਹਨਾਂ ਨੂੰ ਬਹੁਤ ਹੀ ਪਿਆਰ ਦਿੰਦੇ ਨੇ। ਆਓ ਤੁਸੀਂ ਵੀ ਚੈੱਕ ਕਰੋ ਉਹਨਾਂ ਦੀਆਂ ਕੁਝ ਵੀਡੀਓਜ਼। ਛੱਡ ਵੇ ਸ਼ੁਕੀ ਨਾ ਛੱਡ, ਰਹਿਣ ਦੇ ਤਾਰੀਫ ਨੂੰ, ਜਾਣਦੀ ਮੈਂ ਤੈਨੂੰ ਵੱਡੇ ਬਣਦੇ ਸ਼ਰੀਫ ਨੂੰ, ਛੱਡ ਵੇ ਸ਼ੁਕੀ ਨਾ ਛੱਡ, ਰਹਿਣ ਦੇ ਤਾਰੀਫ ਨੂੰ, ਜਾਣਦੀ ਮੈਂ ਤੈਨੂੰ ਵੱਡੇ ਬਣਦੇ ਸ਼ਰੀਫ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਨੂੰ ਜੈਸਮਿਨ ਸੈਂਡਲਸ ਆਪਣੇ ਮੋਮ ਦੇ ਨਾਲ ਬਹੁਤ ਨਜ਼ਰ ਆਉਂਦੇ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਪਿਆਰ ਉਹਨਾਂ ਦੇ ਮੋਮ ਦੇ ਨਾਲ ਕਿੰਨਾ ਹੈ। ਅਤੇ ਇਸ ਦੇ ਨਾਲ ਹੀ ਸਾਨੂੰ ਉਹ ਆਪਣੇ ਮੋਮ ਦੇ ਨਾਲ ਇੱਕ ਲਾਈਵ ਸ਼ੋਅ ਦੌਰਾਨ ਵੀ ਨਜ਼ਰ ਆਏ, ਅਤੇ ਉਹਨਾਂ ਨੇ ਆਪਣੀ ਮੋਮ ਨੂੰ ਡੈਡੀਕੇਟ ਕਰਕੇ ਇੱਕ ਗਾਣਾ ਵੀ ਗਾਇਆ। ਆਓ ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਵੀਡੀਓ। ਤੁਹਾਨੂੰ ਇਹ ਵੀ ਦੱਸ ਦੇ ਕਿ ਜੈਸਮਿਨ ਸੈਂਡਲਸ ਦੇ ਅਸੀਂ ਕਈ ਗਾਣੇ ਸੁਣੇ ਨੇ ਬਾਲੀਵੁੱਡ ਵਿੱਚ ਵੀ, ਉਹਨਾਂ ਵਿੱਚੋਂ ਹੀ ਇੱਕ ਗਾਣਾ ਹੈ ਕਿੱਕ ਮੂਵੀ ਦਾ, ਯਾਰ ਨਾ ਮਿਲੇ। ਇਸ ਤੋਂ ਇਲਾਵਾ ਜੈਸਮਿਨ ਸੈਂਡਲਸ ਨੇ ਹੁਣ ਤੱਕ ਸਾਨੂੰ ਕਾਫੀ ਗਾਣਿਆਂ ਦੇ ਨਾਲ ਵੀ ਐਂਟਰਟੇਨ ਕੀਤਾ ਹੈ, ਜਿਵੇਂ ਕਿ ਵਿਸਕੀ ਦੀ ਬੋਤਲ, ਲੱਡੂ ਅਤੇ ਇਲੀਗਲ ਵੈਪਨ। ਅਤੇ ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਫੈਨਸ ਨੇ ਜਿਵੇਂ ਉਹਨਾਂ ਦੇ ਬਾਕੀ ਗਾਣਿਆਂ ਨੂੰ ਪਿਆਰ ਦਿੱਤਾ ਹੈ, ਉਹ ਉਹਨਾਂ ਦੇ ਬਲੈਕ ਚੁੰਨੀ ਨੂੰ ਵੀ ਉਨਾ ਹੀ ਪਿਆਰ ਦੇਣਗੇ। ਅਸੀਂ ਤਾਂ ਬਹੁਤ ਉਡੀਕ ਕਰ ਰਹੇ ਹਾਂ ਇਸ ਗਾਣੇ ਦੀਆਂ ਹੋਰ ਡਿਟੇਲਸ ਨੂੰ ਜਾਣਨ ਲਈ ਅਤੇ ਇਸ ਗਾਣੇ ਨੂੰ ਸੁਣਨ ਲਈ। ਤੁਸੀਂ ਕਿੰਨੀ ਉਡੀਕ ਕਰ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।